ਹਿਮਾਚਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਵਿਚਕਾਰ ਕਈ ਘਰਾਂ ਦੇ ਨਾਲ ਨਾਲ ਹੁਣ ਪੁਲ ਵੀ ਰੁੜਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਲਾਹੌਲ ਸਪੀਤੀ ਦੇ ਵਿੱਚ ਜੋ ਭਾਗਾ ਨਦੀ ਹੈ ਉਹ ਹੁਣ ਲਗਾਤਾਰ ਉਫਾਨ ਦੇ ਉੱਤੇ ਹੈ ਤੇ ਇੱਕ ਪੁਰਾਣਾ ਪੁਲ ਢਹਿ ਢੇਰੀ ਹੋ ਗਿਆ, ਜਿਸ ਦੇ ਕਾਰਨ ਪੂਰਾ ਪਿੰਡ ਰੁੜਨ ਦਾ ਖਤਰਾ ਮੰਡਰਾ ਰਿਹਾ, ਕਿਉਂਕਿ ਲਗਾਤਾਰ ਮਿੱਟੀ ਦਾ ਵੀ ਕਟਾਵ ਹੋ ਰਿਹਾ। ਪਾਣੀ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਹੈ ਤੇ ਉਸਦੇ ਕਾਰਨ ਮਿੱਟੀ ਜੋ ਹੈ ਉਹ ਲਗਾਤਾਰ ਕੱਟੀ ਜਾ ਰਹੀ ਹੈ, ਖੁਰਦੀ ਨਜ਼ਰ ਆ ਰਹੀ ਹੈ ਤੇ ਹੁਣ ਪੂਰਾ ਪਿੰਡ ਪ੍ਰਸ਼ਾਸਨ ਦੇ ਕੋਲ ਮਦਦ ਦੀ ਗੁਹਾਰ ਲਗਾ ਰਿਹਾ। ਘਰਾਂ ਦੇ ਘਰ ਰੁੜਨ ਦੀ ਕਗਾਰ ਦੇ ਉੱਤੇ ਪਹੁੰਚੇ ਨੇ, ਲਗਾਤਾਰ ਭਾਗਾ ਨਦੀ ਜੋ ਉਫਾਨ ਦੇ ਉੱਤੇ ਹੈ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1 ਅਗਸਤ ਨੂੰ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਫਟਿਆ। ਬੱਦਲ ਫਟਣ ਦੇ ਨਾਲ ਬਿਆਸ ਦਰਿਆ ਉਫਾਨ ਦੇ ਉੱਤੇ ਆਇਆ, ਸਤਲੁਜ ਦਰਿਆ ਉਫਾਨ ਦੇ ਉੱਤੇ ਆਇਆ ਅਤੇ ਹੁਣ ਭਾਗਾ ਨਦੀ ਜੋ ਹੈ ਲਗਾਤਾਰ ਉਫਾਨ ਦੇ ਉੱਤੇ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਕਿੰਨੀ ਤੇਜ਼ ਇਹ ਪਾਣੀ ਦੀ ਸਪੀਡ ਹੈ ਅਤੇ ਇੱਕ ਟੁੱਟਿਆ ਹੋਇਆ ਪੁਲ ਇਸ ਦੇ ਉੱਪਰ ਨਜ਼ਰ ਆ ਰਿਹਾ, ਜਿਸ ਦੇ ਕਾਰਨ ਹੁਣ ਲੋਕਾਂ ਦਾ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਵੀ ਬੰਦ ਹੋ ਚੁੱਕਾ ਹੈ ਨਦੀ ਉਫਾਨ ਦੇ ਉੱਤੇ। ਹੁਣ ਇਸ ਨੂੰ ਵਿੱਚੋਂ ਵੀ ਕ੍ਰੋਸ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਪੁਲ ਵੀ ਟੁੱਟ ਚੁੱਕਾ ਹੈ। ਲਗਾਤਾਰ ਪਿੰਡ ਦੇ ਨਾਲ ਲੱਗਦੀ ਨਹਿਰ ਹੈ ਅਤੇ ਉਸਦੇ ਵਿੱਚੋਂ ਤੀ ਹੁਣ ਪਾਣੀ ਜੋ ਹੈ ਲਗਾਤਾਰ ਮਿੱਟੀ ਨੂੰ ਵੀ ਕੱਟਦਾ ਨਜ਼ਰ ਆ ਰਿਹਾ ਅਤੇ ਪੂਰਾ ਪਿੰਡ ਹੀ ਰੁੜਨ ਦਾ ਖਤਰਾ ਮੰਡਰਾ ਰਿਹਾ। ਲਗਾਤਾਰ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਅਤੇ ਇਸ ਨਦੀ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਸੁਰੱਖਿਅਤ ਬਚ ਸਕਣ। ਹਿਮਾਚਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਵਿਚਕਾਰ ਕਈ ਘਰਾਂ ਦੇ ਨਾਲ ਨਾਲ ਹੁਣ ਪੁਲ ਵੀ ਰੁੜਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਲਾਹੌਲ ਸਪੀਤੀ ਦੇ ਵਿੱਚ ਜੋ ਭਾਗਾ ਨਦੀ ਹੈ ਉਹ ਹੁਣ ਲਗਾਤਾਰ ਉਫਾਨ ਦੇ ਉੱਤੇ ਹੈ ਤੇ ਇੱਕ ਪੁਰਾਣਾ ਪੁਲ ਢਹਿ ਢੇਰੀ ਹੋ ਗਿਆ, ਜਿਸ ਦੇ ਕਾਰਨ ਪੂਰਾ ਪਿੰਡ ਰੁੜਨ ਦਾ ਖਤਰਾ ਮੰਡਰਾ ਰਿਹਾ, ਕਿਉਂਕਿ ਲਗਾਤਾਰ ਮਿੱਟੀ ਦਾ ਵੀ ਕਟਾਵ ਹੋ ਰਿਹਾ। ਪਾਣੀ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਹੈ ਅਤੇ ਉਸਦੇ ਕਾਰਨ ਮਿੱਟੀ ਜੋ ਹੈ ਉਹ ਲਗਾਤਾਰ ਕੱਟੀ ਜਾ ਰਹੀ ਹੈ, ਖੁਰਦੀ ਨਜ਼ਰ ਆ ਰਹੀ ਹੈ ਅਤੇ ਹੁਣ ਪੂਰਾ ਪਿੰਡ ਪ੍ਰਸ਼ਾਸਨ ਦੇ ਕੋਲ ਮਦਦ ਦੀ ਗੁਹਾਰ ਲਗਾ ਰਿਹਾ। ਘਰਾਂ ਦੇ ਘਰ ਰੁੜਨ ਦੀ ਕਗਾਰ ਦੇ ਉੱਤੇ ਪਹੁੰਚੇ ਨੇ, ਲਗਾਤਾਰ ਭਾਗਾ ਨਦੀ ਜੋ ਉਫਾਨ ਦੇ ਉੱਤੇ ਹੈ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1 ਅਗਸਤ ਨੂੰ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਫਟਿਆ। ਬੱਦਲ ਫਟਣ ਦੇ ਨਾਲ ਬਿਆਸ ਦਰਿਆ ਉਫਾਨ ਦੇ ਉੱਤੇ ਆਇਆ, ਸਤਲੁਜ ਦਰਿਆ ਉਫਾਨ ਦੇ ਉੱਤੇ ਆਇਆ ਅਤੇ ਹੁਣ ਭਾਗਾ ਨਦੀ ਜੋ ਹੈ ਲਗਾਤਾਰ ਉਫਾਨ ਦੇ ਉੱਤੇ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਆਖਰ ਕਿੰਨੀ ਤੇਜ਼ ਇਹ ਪਾਣੀ ਦੀ ਸਪੀਡ ਹੈ ਅਤੇ ਇੱਕ ਟੁੱਟਿਆ ਹੋਇਆ ਪੁਲ ਇਸ ਦੇ ਉੱਪਰ ਨਜ਼ਰ ਆ ਰਿਹਾ, ਜਿਸ ਦੇ ਕਾਰਨ ਹੁਣ ਲੋਕਾਂ ਦਾ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਵੀ ਬੰਦ ਹੋ ਚੁੱਕਾ ਹੈ ਨਦੀ ਉਫਾਨ ਦੇ ਉੱਤੇ। ਹੁਣ ਇਸ ਨੂੰ ਵਿੱਚੋਂ ਵੀ ਕ੍ਰੋਸ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਪੁਲ ਵੀ ਟੁੱਟ ਚੁੱਕਾ ਹੈ। ਲਗਾਤਾਰ ਪਿੰਡ ਦੇ ਨਾਲ ਲੱਗਦੀ ਨਹਿਰ ਹੈ ਅਤੇ ਉਸਦੇ ਵਿੱਚੋਂ ਤੀ ਹੁਣ ਪਾਣੀ ਜੋ ਹੈ ਲਗਾਤਾਰ ਮਿੱਟੀ ਨੂੰ ਵੀ ਕੱਟਦਾ ਨਜ਼ਰ ਆ ਰਿਹਾ ਅਤੇ ਪੂਰਾ ਪਿੰਡ ਹੀ ਰੁੜਨ ਦਾ ਖਤਰਾ ਮੰਡਰਾ ਰਿਹਾ। ਲਗਾਤਾਰ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਅਤੇ ਇਸ ਨਦੀ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਸੁਰੱਖਿਅਤ ਬਚ ਸਕਣ।